ਅਤੇ ਬਸ ਇਸ ਨੂੰ ਇਸੇ ਤਰੀਕੇ ਦੇ ਨਾਲ ਆਪਾਂ ਗ੍ਰੇਵੀ ਦੇ ਵਿੱਚ ਪਕਾਵਾਂਗੇ। ਤੁਸੀਂ ਇਸ ਤਰੀਕੇ ਦੇ ਨਾਲ ਹੈ ਨਾ ਟਮਾਟਰ ਨੂੰ ਆਲੂ ਭਰਮੇ ਆਲੂ ਟਿੰਡੋ ਹੈ ਨਾ ਜਿਹੜਾ ਆਪਾਂ ਟਿੰਡਾ ਵੀ ਕਹਿ ਦਿੰਦੇ ਹਾਂ ਸਾਰਾ ਕੁਝ ਬਣਾ ਸਕਦੇ ਹੋ। ਬਹੁਤ ਹੀ ਟੇਸਟੀ ਬਣਦੇ ਆ ਇਹ। ਬਸ ਫਲੇਮ ਥੋੜ੍ਹੀ ਆਪਾਂ ਨੇ ਲੋਅ ਰੱਖਣੀ ਹੈ, ਫਲੇਮ ਨਹੀਂ ਹਾਈ ਕਰਨੀ ਜ਼ਿਆਦਾ। ਜਦੋਂ ਇੱਕ ਸਾਈਡ ਤੋਂ ਆਪਣੇ ਇਹ ਪੱਕ ਗਏ ਫਿਰ ਆਪਾਂ ਇਹਨਾਂ ਦੀ ਸਾਈਡ ਚੇਂਜ ਕਰਾਂਗੇ। ਇਹਨਾਂ ਨੂੰ ਜ਼ਿਆਦਾ ਨਹੀਂ ਹਿਲਾਉਣਾ, ਨਹੀਂ ਤਾਂ ਨਾ ਜੇ ਆਪਾਂ ਜ਼ਿਆਦਾ ਹਿਲਾਵਾਂਗੇ ਤਾਂ ਜਿਹੜੀ ਆਪਣੀ ਫੀਲਿੰਗ ਹੈ ਉਹ ਨਿਕਲ ਜਾਏਗੀ। ਹਾਂਜੀ ਭਾਈ, ਇਹਨੂੰ 2 ਮਿੰਟ ਲਈ ਹੈ ਨਾ ਕਿਸੇ ਵੀ ਢੱਕਣ ਵਾਲੇ ਚੀਜ਼ ਨਾਲ ਗਲੀਆਂ ਵਾਲੀ ਨਾਲ 2 ਮਿੰਟ ਕਵਰ ਕਰ ਦਾਂਗੇ। ਤਾਂ ਇਹ ਬਹੁਤ ਹੀ ਜਲਦੀ ਬਣ ਜਾਣਗੀਆਂ ਅਤੇ ਟੇਸਟੀ ਤਾਂ ਬਹੁਤ ਹੀ ਬਣਨਗੀਆਂ। ਹਾਂਜੀ ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਪਲਟਾਂਗੇ, ਮਤਲਬ ਕਿ ਸਾਈਡ ਚੇਂਜ ਕਰ ਦਾਂਗੇ ਆਪਾਂ। ਜਿਹੜੇ ਤਾਂ ਵਿੱਚ ਵਾਲੇ ਨੇ ਉਹਨਾਂ ਨੂੰ ਬਾਹਰਲੀ ਸਾਈਡ ਕਰ ਦਾਂਗੇ, ਜਿਹੜੇ ਬਾਹਰਲੀ ਸਾਈਡ ਵਾਲੇ ਨੇ ਉਹਨਾਂ ਨੂੰ ਵਿੱਚ ਵਾਲੀ ਸਾਈਡ ਕਰ ਦਾਂਗੇ। ਦੇਖੋ ਆਪਣੀ ਇਹ ਆਲੂ ਦੀ ਫੀਲਿੰਗ ਹੈ ਨਾ ਇਹ ਨਿਕਲਦੀ ਨਹੀਂ ਹੈਗੀ, ਟੈਨਸ਼ਨ ਕਰਨ ਦੀ ਲੋੜ ਨਹੀਂ ਹੈਗੀ ਵੀ ਹੈ ਨਾ ਆਪਣੀ ਫੀਲਿੰਗ ਨਿਕਲ ਜਾਏਗੀ। ਬਸ ਇਸ ਤਰੀਕੇ ਨਾਲ ਇਹਨੂੰ ਹੌਲੀ ਹੌਲੀ ਹਿਲਾ ਦੇਣਾ ਤਾਂ ਕਿ ਆਪਣੀ ਸਾਰੀ ਇਹ ਚੰਗੇ ਤਰੀਕੇ ਨਾਲ ਗ੍ਰੇਵੀ ਦੇ ਵਿੱਚ ਪੱਕ ਜਾਏ। ਹਾਂਜੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ। ਆਪਾਂ 1-2 ਮਿੰਟ ਲਈ ਇਹਨੂੰ ਹੋਰ ਕਵਰ ਕਰ ਦਾਂਗੇ ਤਾਂ ਕਿ ਬਹੁਤ ਹੀ ਜਲਦੀ ਬਣ ਜਾਣ।
ਕੱਦੂ ਦੇ ਫੁੱਲਾਂ ਦੀ। ਇੱਕ ਦੋ ਮਿੰਟ ਬਸ ਆਪਾਂ ਇਹਨੂੰ ਕਵਰ ਕਰਕੇ ਰੱਖਾਂਗੇ, ਕਿਉਂਕਿ ਭਾਫ਼ ਨਾਲ ਇਹ ਸਾਰੀਆਂ ਪੱਕ ਜਾਣ। ਇੱਕ ਜਿਹੜੀ ਆਪਣੀ ਗ੍ਰੇਵੀ ਆ ਉਹ ਸਾਰੀ ਇਹਨਾਂ ਨੇ ਆਪਣੀ ਵਿੱਚ ਨਾ ਹੌਲੀ ਹੌਲੀ ਜਿਉਂ ਜਿਉਂ ਸ਼ਿਮਲਾ ਮਿਰਚ ਪੱਕੀ ਜਾਣੀ ਆ ਸਾਰੀ ਗ੍ਰੇਵੀ ਵਿੱਚ ਮਿਕਸ ਹੋਈ ਜਾਊਗੀ। ਬਸ ਜਦੋਂ ਇਹਨਾਂ ਨੂੰ ਹਿਲਾਉਣਾ ਨਾ ਥੋੜ੍ਹਾ ਜਿਹਾ ਉਦੋਂ ਧਿਆਨ ਨਾਲ ਹਿਲਾਉਣਾ। ਅਗਰ ਤੁਸੀਂ ਜ਼ਿਆਦਾ ਆਉਣਾ ਇਹਨਾਂ ਨੂੰ ਘੋਟਾ ਆਪਾਂ ਚਲਾ ਦਾਂਗੇ ਤਾਂ ਫਿਰ ਇਹਦੇ ਵਿੱਚ